देखो दोस्तों, सब नू पता है कि अप्रैल के लास्ट तक जिहड़ी पंजाब पुलिस विच नवी भर्ती दी अनाउंसमेंट हो जाएगी, जिस विच काफ़ी नंबर ऑफ पोस्ट कॉन्सटेबल दी पोस्टां भी होणगियां जो कि 12th पास कैंडीडेट अप्लाई कर सकणगे। हुण तुसीं वेट नहीं करना, कदों नोटिफिकेशन आवेगा उदों तुसीं तैयारी करोगे। यह तुहाडे सामने 2021 का ऑफिशियली सिलेबस है, इस दी एक बारी तैयारी तुसीं स्टार्ट कर दो। एग्जाम नू क्वालीफाई करन दी स्ट्रैटेजी की अपनाउणी है तुसीं, सब तो पहला सिलेबस दी PDF इह तुहानूं WhatsApp ग्रुप विच मिल जाएगी, इस नू अपनी नोटबुक उपर लिख लो। सिलेबस नू समार के देखो, टॉपिक वाइज रीड करो किहड़े किहड़े सिलेबस विचों क्वेश्चन आउंदे ने, एंड बुक जरूर बाय कर लो। देखो दोस्तों, जे आपां जंग लड़न जा रहे हां, बिना हथियार तो जंग विच आपां जित नहीं सकदे, ਤਾਂ ਕਰਕੇ ਬੁੱਕ ਸਭ ਤੋਂ ਇੰਪੋਰਟੈਂਟ ਹੈ। ਐਂਡ ਬੈਸਟ ਬੁੱਕ ਜੇ ਤੁਸੀਂ ਫਾਈਂਡ ਕਰ ਰਹੇ ਹੋ ਤਾਂ ਉਸਦਾ ਲਿੰਕ ਵੀ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ। ਕਰਨਾ ਕਿ ਲਿੰਕ 'ਤੇ ਕਲਿੱਕ ਕਰੋ, ਐਮਾਜ਼ਨ 'ਤੇ ਜਾ ਕੇ ਕੈਸ਼ ਔਨ ਡਿਲੀਵਰੀ ਇਸ ਬੁੱਕ ਨੂੰ ਆਰਡਰ ਕਰ ਲਓ। 2 ਜਾਂ 3 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰ ਉਹ ਡਿਲੀਵਰ ਹੋ ਜਾਵੇਗੀ ਬੁੱਕ। ਉਸ ਤੋਂ ਬਾਅਦ ਹੁਣ ਦੇਖੋ ਮੇਨ ਸਟ੍ਰੈਟੇਜੀ ਕੀ ਬਣਾਉਣੀ ਹੈ ਤੁਸੀਂ ਐਗਜ਼ਾਮ ਦੀ। ਹੁਣ ਜਿਵੇਂ ਸਿਲੇਬਸ ਵਿੱਚ ਸਭ ਤੋਂ ਪਹਿਲਾਂ ਜਨਰਲ ਅਵੇਅਰਨੈਸ ਹੈ, ਜਨਰਲ ਅਵੇਅਰਨੈਸ ਦੇ ਇਹ ਟੋਪਿਕ ਨੇ, ਇਹਨਾਂ ਤੋਂ ਬਾਹਰ ਕੋਈ ਵੀ ਕੁਐਸਚਨ ਤੁਹਾਨੂੰ ਐਗਜ਼ਾਮ ਵਿੱਚ ਦੇਖਣ ਨੂੰ ਨਹੀਂ ਮਿਲੇਗਾ। ਇਹ ਟੋਪਿਕ ਕਵਰ ਕਰਨੇ ਨੇ, ਆਪਾਂ ਕੁਝ ਜ਼ਿਆਦਾ ਨਹੀਂ ਪੜ੍ਹਨਾ। ਸਭ ਤੋਂ ਪਹਿਲਾਂ ਇਹਨਾਂ ਨੇ ਕੌਨਸਟੀਟਿਊਸ਼ਨ ਐਂਡ ਇਟਸ ਫਿਊਚਰ ਦੇ ਟੋਪਿਕ ਮੈਂਸ਼ਨ ਕੀਤਾ ਹੋਇਆ। ਇਸ ਰਿਗਾਰਡਿੰਗ ਮੈਂ ਆਲਰੇਡੀ MCQ ਦੀ ਕਲਾਸ, ਥਿਊਰੀ ਕਲਾਸ ਵੀ ਤੁਹਾਨੂੰ ਆਪਣੇ ਚੈਨਲ 'ਤੇ ਪ੍ਰੋਵਾਈਡ ਕਰਵਾ ਦਿੱਤੀ ਆ, ਉਹ ਵਿਜ਼ਿਟ ਕਰੋ, ਨੋਟਬੁੱਕ ਉੱਪਰ ਰਾਈਟ ਡਾਊਨ ਕਰੋ, ਐਂਡ ਫਿਰ ਬੁੱਕ ਵਿੱਚ ਰੀਡ ਕਰੋ, ਪੂਰੇ ਟੋਪਿਕ ਨੂੰ ਕਲੀਅਰ ਕਰੋ। ਇਸ ਤੋਂ ਇਲਾਵਾ ਸੈਂਟਰਲ ਐਂਡ ਸਟੇਟ ਲੈਜਿਸਲੇਟਿਵ ਰਿਲੇਟਡ ਵੀ ਬਹੁਤ ਪਿਆਰੀ ਕਲਾਸ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਈ ਆ, ਦੇਖ ਕੇ ਦੇਖੋ। ਯੂਟਿਊਬ 'ਤੇ ਸਰਚ ਮਾਰਿਓ ਸੈਂਟਰਲ ਐਂਡ ਸਟੇਟ ਲੈਜਿਸਲੇਟਿਵ ਬਾਈ ਮਨੂ ਮੌੜ, ਐ ਲਿਖ ਕੇ ਕਲਾਸ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਸਾਰਾ ਇਸ ਟੋਪਿਕ ਦਾ ਊੜਾ ਆੜਾ ਸਮਝ 'ਚ ਆ ਜਾਵੇਗਾ। ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੇ ਬਰੀਫਲੀ ਤੁਹਾਨੂੰ ਸਮਝਾਇਆ ਆ। ਇਸ ਤੋਂ ਬਾਅਦ ਲੋਕਲ ਗਵਰਨਮੈਂਟ ਇੰਸਟੀਟਿਊਸ਼ਨ, ਇਸ ਰਿਗਾਰਡਿੰਗ ਵੀ ਕਲਾਸਿਸ ਤੁਹਾਨੂੰ ਪ੍ਰੋਵਾਈਡ ਕਰਵਾਉਣੀ ਬਾਕੀ ਹੈ, ਉਹ ਵੀ ਫਿਊਚਰ ਵਿੱਚ ਕਰਵਾ ਦਾਂਗਾ। ਐਂਡ ਹਿਸਟਰੀ, ਜੀਓਗ੍ਰਾਫਿਕ, ਕਲਚਰ ਐਂਡ ਇਕਨੋਮੀ ਆਫ ਪੰਜਾਬ ਰਿਲੇਟਡ ਕਾਫੀ ਕਲਾਸਿਸ ਆਲਰੇਡੀ ਮੈਂ ਚੈਨਲ 'ਤੇ ਪ੍ਰੋਵਾਈਡ ਕਰਵਾ ਦਿੱਤੀ ਆ। ਬੇਸਿਕ ਸਾਇੰਸ ਐਂਡ ਟੈਕਨੋਲੋਜੀ ਰਿਲੇਟਡ ਵੀ ਕਲਾਸਿਸ ਪਈਆਂ ਨੇ, ਕਰੰਟ ਅਫੇਅਰ ਦੀ ਵੀ ਸੀਰੀਜ਼ ਆਪਣੀ ਚੱਲ ਰਹੀ ਆ। ਤਾਂ ਇਹ 35 ਨੰਬਰ ਦਾ ਜਿਹੜਾ ਕੁਐਸਚਨ ਆਉਣਗੇ ਜਨਰਲ ਅਵੇਅਰਨੈਸ ਵਿੱਚੋਂ। ਹੁਣ 35 ਵਿੱਚੋਂ ਤੁਸੀਂ 32 ਨੰਬਰ ਲੈ ਸਕਦੇ ਹੋ ਈਜ਼ੀਲੀ, 32 ਨੰਬਰ ਕਨਫਰਮ ਕਰ ਲਓ। ਸਾਰੇ ਟੋਪਿਕ ਜੇ ਚੰਗੀ ਤਰ੍ਹਾਂ ਰੀਡ ਕਰੋਗੇ ਤਾਂ ਹੋ ਜਾਣਗੇ। ਇਸ ਤੋਂ ਬਾਅਦ ਨੈਕਸਟ ਟੋਪਿਕ ਹੈ ਜਿਹੜਾ ਇਸਦਾ, ਉਹ ਹੈ ਕੁਆਂਟ, ਅਤੇ ਮਤਲਬ ਮੈਥ ਹੈ। ਇਸ ਵਿੱਚ ਵੀ ਟੋਪਿਕ ਦੇਖ ਲਓ, ਸਿੰਪਲ ਸਿੰਪਲ ਇਹੀ ਸਰਚ ਮਾਰਨੇ ਨੇ, ਇਹਨਾਂ ਹੀ ਟੋਪਿਕਾਂ ਦੀ ਤਿਆਰੀ ਕਰਨੀ ਹੈ। ਮਤਲਬ ਐਕਸਟਰਾ ਕੁਝ ਵੀ ਨਹੀਂ ਆਪਾਂ ਪੜ੍ਹਨਾ, ਜਿਹੜੇ ਟੋਪਿਕ ਦਿੱਤੇ ਨੇ ਜਸਟ ਇਹਨਾਂ ਦੇ ਹੀ ਸਰਚ ਮਾਰਨੀ ਹੈ, ਬੁੱਕ ਵਿੱਚੋਂ ਰੀਡ ਕਰਨਾ, ਸਮ ਸੋਲਵ ਕਰਨੇ ਨੇ, ਐਂਡ ਨੋਟਬੁੱਕ ਉੱਤੇ ਲਿਖ ਕੇ ਆਪਣੇ ਨੋਟਸ ਜ਼ਰੂਰ ਬਣਾਉਣੇ ਨੇ ਆਪਣੇ ਹੱਥ ਦੇ ਨਾਲ। ਤਾਂ ਇਹਨਾਂ ਦੇ ਟੋਪਿਕ ਸਿੰਪਲੀਕੇਸ਼ਨ, ਏਵਰੇਜ, ਡੈਸੀਮਲ, ਰੇਸ਼ੋ ਪ੍ਰਪੋਰਸ਼ਨ, ਪਰਸੈਂਟੇਜ, ਪ੍ਰੋਫਿਟ ਲੋਸ, ਸਿੰਪਲ ਇੰਟਰਸਟ, ਟਾਈਮ ਐਂਡ ਵਰਕ, ਬਸ ਹੋਰ ਕੁਝ ਨਾ ਕਰੋ, ਛੱਡ ਦਿਓ ਇਸ ਵਿੱਚੋਂ। ਤਾਂ ਇਸ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਤੁਸੀਂ 14 ਨੰਬਰ ਵੀ ਲੈ ਲਓਗੇ ਤਾਂ ਕਾਫੀ ਵਧੀਆ ਸਕੋਰ ਤੁਹਾਡਾ ਬਣ ਜਾਵੇਗਾ। ਇਸ ਤੋਂ ਬਾਅਦ ਰੀਜ਼ਨਿੰਗ ਦੀ ਗੱਲ ਕਰੀਏ, ਰੀਜ਼ਨਿੰਗ ਵੀ ਈਜ਼ੀ ਰੀਜ਼ਨਿੰਗ ਹੈ, ਕੋਈ ਜ਼ਿਆਦਾ ਟਫ ਨਹੀਂ ਹੈ, ਅਤੇ ਨੰਬਰ ਐਂਡ ਲੈਟਰ ਸੀਰੀਜ਼, ਇਸ ਰਿਗਾਰਡਿੰਗ ਮੈਂ ਕਲਾਸਿਸ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਾਵਾਂਗਾ ਦੋਸਤੋ, ਇਹ ਮੇਰਾ ਪ੍ਰੋਮਿਸ ਹੈ। ਅਤੇ ਸੀਕੁਐਂਸ, ਸਟੇਟਮੈਂਟ, ਕੰਕਲੂਜ਼ਨ, ਰੈਂਕਿੰਗ ਦੋਸਤੋ, ਇਹ ਤੁਸੀਂ ਟੋਪਿਕ ਨਾਲ ਦੀ ਨਾਲ ਲਿਖਦੇ ਰਹੋ, ਜਿਵੇਂ ਤੁਹਾਨੂੰ ਵੀਡੀਓ ਵਿੱਚ ਸਮਝਾਇਆ ਜਾ ਰਿਹਾ। ਸਾਈਡ 'ਚ ਮੈਂਟਲ, ਸੋਰੀ, ਰੀਜ਼ਨਿੰਗ ਦਾ ਹੈਡਲਾਈਨ ਪਾਓ, ਨਾਲ ਦੀ ਨਾਲ ਇਹ ਟੋਪਿਕ ਜਿੰਨੇ ਵੀ ਟੋਪਿਕ ਨੇ ਨਾਲ ਦੀ ਨਾਲ ਲਿਖ ਲਓ। ਉਸ ਤੋਂ ਬਾਅਦ ਆਪਾਂ ਕਰਨਾ ਕੀ ਹੈ, ਯੂਟਿਊਬ 'ਤੇ ਵੀ ਸਰਚ ਮਾਰਨੀ ਹੈ ਬਾਈ ਮਨੂ ਮੋੜ ਲਿਖ ਕੇ, ਪਿੱਛੇ ਸਰਚ ਕਰੋਗੇ ਤਾਂ ਬਹੁਤ ਸਾਰੀ ਕਲਾਸਿਸ ਤੁਹਾਨੂੰ ਕੌਂਸਟੇਬਲ ਦੀ ਮਿਲ ਜਾਣੀ ਹੈ। ਤਾਂ ਇਸ ਤਰ੍ਹਾਂ ਤਿਆਰੀ ਹੁੰਦੀ ਹੈ, ਹਰ ਟੋਪਿਕ ਦਾ ਅਲੱਗ ਤੋਂ ਨੋਟਸ ਬਣਾਓ, ਅਲੱਗ ਅਲੱਗ ਬੁੱਕ ਲਾ ਲਓ, ਜਿਵੇਂ ਕਿ ਰੀਜ਼ਨਿੰਗ ਦੀ ਅਲੱਗ ਬੁੱਕ ਹੈ, ਮੈਥ ਦੀ ਅਲੱਗ ਬੁੱਕ ਹੈ, GK ਦੀ ਅਲੱਗ ਬੁੱਕ ਹੈ, ਅਤੇ ਜਿਹੜਾ ਵੀ ਹੋਰ ਟੋਪਿਕ ਨੇ ਕਰੰਟ ਅਫੇਅਰ ਦੀ ਅਲੱਗ ਬੁੱਕ ਹੈ, ਇਸ ਤਰ੍ਹਾਂ ਲਗਾਓ ਅਤੇ ਸਟ੍ਰੈਟਜੀ ਚੰਗੀ ਬਣਾ ਕੇ ਫਿਰ ਇਗਜ਼ਾਮ ਦੇਣ ਜਾਇਓ, ਤਾਂ ਤੁਹਾਨੂੰ ਖੁਦ ਨੂੰ ਭਰੋਸਾ ਹੋ ਜਾਏ ਕਿ ਹਾਂ ਮੇਰੀ ਤਿਆਰੀ ਹੈ। ਇਸ ਤੋਂ ਬਾਅਦ ਇੰਗਲਿਸ਼ ਅਤੇ ਪੰਜਾਬੀ ਹੈ, ਨੋਰਮਲ ਜੀ, ਇਸ ਵਿੱਚ ਤੁਸੀਂ 6-7 ਨੰਬਰ ਵੀ ਐਕਸਪੈਕਟ ਮਤਲਬ ਕਿ ਲੈ ਸਕਦੇ ਹੋ ਈਜ਼ੀਲੀ। ਜੇ ਤੁਸੀਂ 4-5 ਦਿਨ ਵੀ ਰੀਡ ਕਰੋਗੇ ਤਾਂ ਈਜ਼ੀਲੀ ਇੰਗਲਿਸ਼ ਅਤੇ ਪੰਜਾਬੀ ਵਿੱਚੋਂ 6-7 ਨੰਬਰ, ਕੋਈ ਜ਼ਿਆਦਾ ਵੱਡੀ ਗੱਲ ਨਹੀਂ। ਇਹ ਪੰਜਾਬੀ ਦੇ ਸਬਜੈਕਟ ਇਹ ਸੀ, ਸ਼ੁੱਧ ਸ਼ੁੱਧ ਜਿਹੜੇ ਆਪਾਂ ਆਲਰੇਡੀ ਇਹ ਪੜ੍ਹ ਚੁੱਕੇ ਹਾਂ, ਇਹਨਾਂ ਵਾਸਤੇ ਤਾਂ ਇੱਕ ਵਾਰੀ ਸਿਰਫ ਨਿਗਾਹ ਮਾਰਨ ਦੀ ਜ਼ਰੂਰਤ ਹੈ ਦੋਸਤੋ, ਅਤੇ ਜ਼ਿਆਦਾ ਟਫ ਨਹੀਂ ਹੈ, ਇੱਕ ਵਾਰੀ ਨਿਗਾਹ ਮਾਰ ਲਿਓ। 1-2 ਕਲਾਸਿਸ ਮੈਂ ਪੰਜਾਬੀ ਰਿਲੇਟਡ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ। ਇਸ ਤੋਂ ਬਾਅਦ ਡਿਜੀਟਲ ਲਿਟਰੇਸੀ ਦੋਸਤੋ, 5 ਨੰਬਰਾਂ ਦੀ ਡਿਜੀਟਲ ਲਿਟਰੇਸੀ ਹੈ, 5 ਦੇ 5 ਮੈਂ ਪੱਕੇ ਤੁਹਾਨੂੰ ਗਰੰਟੀ ਦਿੰਦਾ, ਮੇਰੀ ਵੀਡੀਓਜ਼ ਤੁਸੀਂ ਦੇਖ ਲਓਗੇ, ਡਿਜੀਟਲ ਲਿਟਰੇਸੀ ਬਾਈ ਮੈਨੂੰ ਮੋੜ ਲਿਖ ਕੇ ਸਰਚ ਕਰੋਗੇ ਤਾਂ ਕਮ ਤੋਂ ਕਮ 7-8 ਵੀਡੀਓਜ਼ ਇਹਨਾਂ ਸਾਰੇ ਟੋਪਿਕਾਂ ਦੇ ਰਿਗਾਰਡਿੰਗ, ਫੰਡਾਮੈਂਟਲ, MS ਆਫਿਸ, ਇੰਟਰਨੈਟ, ਈਮੇਲ ਕਮਿਊਨੀਕੇਸ਼ਨ ਐਂਡ ਮੋਬਾਈਲ ਫੋਨਸ ਰਿਲੇਟਡ ਜਿਹੜੇ ਵੀ ਕੁਐਸਚਨਸ ਨੇ ਉਹ ਲਗਭਗ ਸਾਰੇ ਹੀ 5 ਨੰਬਰਾਂ ਦੇ ਮੈਂ ਕਰਵਾ ਦਿੱਤੇ ਨੇ।
ਇਹਨਾਂ ਤੋਂ ਬਾਹਰ ਕੁਛ ਨਹੀਂ ਆਵੇਗਾ, ਤੁਸੀਂ ਉਹ ਵੀਡੀਓਜ਼ ਦੇਖ ਲਓ ਤਾਂ ਤੁਹਾਡੀ ਡਿਜੀਟਲ ਲਿਟਰੇਸੀ ਦੇ 5 ਨੰਬਰ ਵੀ ਪੱਕੇ ਹੋ ਜਾਣਗੇ। ਓਵਰਆਲ ਸਟ੍ਰੈਟੇਜੀ ਕੀ ਅਪਣਾਉਣੀ ਹੈ? ਹੁਣ ਸਭ ਤੋਂ ਪਹਿਲਾਂ ਤੁਸੀਂ ਬੁੱਕ ਬਾਏ ਕਰਨੀ ਹੈ, ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ, ਜਾ ਕੇ ਐਮਾਜ਼ਾਨ 'ਤੇ ਲੇਟੈਸਟ ਐਡੀਸ਼ਨ ਦੀ ਬੁੱਕ ਹੈ ਕੈਸ਼ ਔਨ ਡਿਲੀਵਰੀ ਤੁਸੀਂ ਔਡਰ ਕਰ ਲਓ। ਹੁਣ ਸੈਕਿੰਡ ਸਟੈਪ ਕੀ ਹੈ? ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਵਟਸਐਪ ਗਰੁੱਪ ਅਤੇ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਹੈ, ਉਸ ਨੂੰ ਜਾ ਕੇ ਜੁਆਇਨ ਕਰ ਲਓ। ਐਂਡ ਹੁਣ ਕਰਨਾ ਕੀ ਹੈ, 6 ਕਾਪੀਆਂ ਖਰੀਦਣੀਆਂ ਆਪਾਂ, 5 ਜਾਂ 6 ਕਾਪੀ ਖਰੀਦੋ, 50-50 ਰੁਪਏ ਵਾਲੀ ਮੋਟੀ ਜਿਹੀ ਕਾਪੀ ਖਰੀਦੋ ਜਿਸ ਵਿੱਚ ਪੇਜਸ ਜ਼ਿਆਦਾ ਹੋਣ। ਹੁਣ ਹਰ ਕਾਪੀ 'ਤੇ ਲਿਖ ਲਓ ਇਹ ਰੀਜ਼ਨਿੰਗ ਦੀ ਹੈ, ਇਹ ਮੈਥ ਦੀ ਹੈ, ਇਹ ਇੰਗਲਿਸ਼ ਵਾਸਤੇ ਹੈ ਅਤੇ ਇਹ ਜਿਹੜੀ GK ਵਾਸਤੇ ਹੈ। ਇਸ ਤਰ੍ਹਾਂ ਲਿਖ ਲਓ ਹਰ ਕਾਪੀ 'ਤੇ ਅਲੱਗ ਅਲੱਗ। ਹੁਣ ਕੀ ਕਰਨਾ, ਸਾਰੇ ਟੋਪਿਕਾਂ ਦਾ ਸਰਚ ਮਾਰਨਾ, ਜਿਵੇਂ ਡਿਜੀਟਲ ਲਿਟਰੇਸੀ ਦੀ ਐਡ ਕਾਪੀ ਲਗਾ ਲਈ ਤੁਸੀਂ। ਸਭ ਤੋਂ ਪਹਿਲਾਂ ਕੀ ਯੂਟਿਊਬ 'ਤੇ ਸਰਚ ਮਾਰੋਗੇ, ਫੰਡਾਮੈਂਟਲ ਆਫ ਕੰਪਿਊਟਰ ਬਾਏ ਮਨੂ ਮੋੜ, ਐਵੇਂ ਲਿਖ ਦੋਗੇ। ਜਿਹੜੇ ਵੀ ਇੰਪੋਰਟੈਂਟ ਕੁਐਸਚਨ ਤੁਹਾਨੂੰ ਵੀਡੀਓਜ਼ ਵਿੱਚ ਦਿਖਦੇ ਨੇ, ਆਪਣੀ ਨੋਟਬੁੱਕ ਉੱਪਰ ਲਿਖੋ, ਨੋਟਸ ਬਣਾਓ। ਦੋਸਤੋ ਇਹ ਨੋਟਸ ਦੇ ਜਿਹੜੇ ਤੁਸੀਂ ਆਪਣੇ ਹੱਥ ਨਾਲ ਬਣਾਓਗੇ, ਇਸ ਨਾਲ ਕੀ ਹੋਵੇਗਾ, ਤੁਹਾਡੀ ਤਿਆਰੀ ਡਬਲ ਹੁੰਦੀ ਰਹੇਗੀ, ਮਤਲਬ ਕਿ ਦੁਹਰਾਉਂਦੇ ਰਹੋਗੇ ਤੁਸੀਂ, ਐਂਡ ਇਹੀ ਨੋਟਸ ਤੁਹਾਨੂੰ ਫਿਊਚਰ ਦੇ ਐਗਜ਼ਾਮ ਵਿੱਚ ਵੀ ਕੰਮ ਆਉਣਗੇ। ਸੋ ਕਿਹੜਾ ਇਸ ਸਿਲੇਬਸ ਦੀ ਤਿਆਰੀ ਸਟਾਰਟ ਕਰ ਦਿਓ। ਜੇ ਸਿਲੇਬਸ ਚੇਂਜ ਵੀ ਹੋ ਕੇ ਆਉਂਦਾ ਹੈ ਤਾਂ ਜ਼ਿਆਦਾ ਨਹੀਂ ਚੇਂਜ ਹੁੰਦਾ, 70% ਸਿਲੇਬਸ ਤੁਹਾਡਾ ਇਹੀ ਰਹਿਣਾ ਹੈ, ਇਹ ਮੇਰੀ ਗਰੰਟੀ ਹੈ, ਕਿਉਂਕਿ ਹਰ ਇਗਜ਼ਾਮ ਵਿੱਚ 70% ਸਿਲੇਬਸ ਇਹੀ ਹੁੰਦਾ ਹੈ। ਅਤੇ ਕੋਂਸਟੇਬਲ ਦਾ ਵੀ ਜੇ ਥੋੜ੍ਹਾ ਬਹੁਤ ਚੇਂਜ ਹੁੰਦਾ, ਜ਼ਿਆਦਾ ਤੋਂ ਜ਼ਿਆਦਾ ਇਹ 5 ਨੰਬਰਾਂ ਦਾ, ਜਿਵੇਂ ਇਹ 8 ਨੰਬਰ ਜਾਂ 10 ਨੰਬਰਾਂ ਦਾ ਹੋ ਸਕਦਾ, ਡਿਜੀਟਲ ਲਿਟਰੇਸੀ, ਇਸ ਤਰ੍ਹਾਂ ਦੇ ਚੇਂਜਸ ਹੋਣਗੇ, ਬਾਕੀ ਟੋਪਿਕਸ ਵਿੱਚੋਂ ਕੋਈ ਵੀ ਚੇਂਜ ਨਹੀਂ ਹੋਵੇਗਾ। ਹੁਣ ਕਰਨਾ ਕੀ ਹੈ, ਜਲਦੀ ਨਾਲ ਬੁੱਕ ਆਰਡਰ ਕਰੋ, ਚੈਨਲ ਸਬਸਕ੍ਰਾਈਬ ਕਰੋ, ਐਂਡ ਵਟਸਐਪ ਗਰੁੱਪ ਜਾ ਕੇ ਜੁਆਇਨ ਕਰ ਲਓ।